ਹਾਂਜੀ ਵੀਰੋ, ਫਿਰ ਕਿਵੇਂ ਹੋ ਸਾਰੇ? ਅਤੇ ਜਿਹੜੀ ਅੱਜ ਦੀ ਵੀਡੀਓ ਹੋਣ ਵਾਲੀ ਹੈ, ਚ ਆਪਾਂ ਗੱਲ ਕਰਨੀ ਹੈ ਈਜੀਆਰ ਸਿਸਟਮ ਬਾਰੇ ਕਿ ਈਜੀਆਰ ਸਿਸਟਮ ਕੀ ਹੈ, ਇਹ ਕਿਵੇਂ ਵਰਕ ਕਰਦਾ। ਠੀਕ ਹੈ। ਦੂਸਰੀ ਗੱਲ ਕਿ ਕੰਪਨੀਜ਼ ਜਿਵੇਂ ਆਪਾਂ ਨੂੰ ਕਹਿੰਦੀ ਹੈ ਕਿ ਈਜੀਆਰ ਸਿਸਟਮ ਟਰੈਕਟਰ ਦੀ ਪਾਵਰ ਵੱਧਦੀ ਹੈ, ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਰਿਐਲਿਟੀ 'ਚ ਐਸਾ ਹੈਗਾ। ਅਤੇ ਤੀਸਰੀ ਗੱਲ ਜੋ ਕਿ ਮੇਨ ਹੈ ਕਿ ਈਜੀਆਰ ਸਿਸਟਮ ਟਰੈਕਟਰ ਦੀ ਜਿਹੜੀ ਡੀਜ਼ਲ ਦੀ ਖਪਤ ਉਹ ਘੱਟ ਹੁੰਦੀ ਹੈ ਜਾਂ ਨਹੀਂ। ਇਸ ਵੀਡੀਓ 'ਚ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਗੱਲ ਕਰਨੀ ਹੈ, ਤਾਂ ਵੀਡੀਓ ਨਾਲ ਪਲੀਜ਼ ਬਣੇ ਰਹਿਣਾ। ਤਾਂ ਉਸ ਤੋਂ ਪਹਿਲਾਂ ਜਿਹਨੇ ਜਿਹਨੇ ਆਪਣੇ ਚੈਨਲ ਨੂੰ ਯਾਰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਲਓ। ਥੱਲੇ ਜਿਹੜਾ ਲਾਲ ਰੰਗ ਦਾ ਆਈਕਨ ਉੱਤੇ ਟੈਪ ਕਰਕੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ। ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂ। ਹਾਂਜੀ ਵੀਰੋ, ਫਿਰ ਸਭ ਨਾਲ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਈਜੀਆਰ ਸਿਸਟਮ ਕੀ ਹੈ ਅਤੇ ਕਿਵੇਂ ਵਰਕ ਕਰਦਾ। ਜਿਵੇਂ ਕਿ ਤੁਹਾਨੂੰ ਪਤਾ, ਈਜੀਆਰ ਸਿਸਟਮ ਦੀ ਜਿਹੜੀ ਫੁੱਲ ਫਾਰਮ ਹੈਗੀ ਹੈ ਉਹ ਹੈਗੀ ਹੈ ਐਗਜ਼ੌਸਟ ਗੈਸ ਰੀਸਰਕੂਲੇਸ਼ਨ। ਜਿਵੇਂ ਕਿ ਤੁਹਾਨੂੰ ਨਾਮ ਤੋਂ ਪਤਾ ਲੱਗ ਗਿਆ ਦਾ ਕੰਮ ਕੀ ਹੈ, ਪਰ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ, ਮੈਂ ਤੁਹਾਡੇ ਡਿਟੇਲ 'ਚ ਦੱਸ ਦੇਣਾ ਦਾ ਵਰਕ ਕੀ ਹੁੰਦਾ। ਵੀਰੋ, ਤੁਹਾਨੂੰ ਪਤਾ ਆਪਣੇ ਟਰੈਕਟਰ ਦੇ ਇੰਜਨ 'ਚ ਜੋ ਡੀਜ਼ਲ ਮੱਚਦਾ, ਉਹਦੀਆਂ ਜਿਹੜੀਆਂ ਗੈਂਸਾਂ ਹੁੰਦੀਆਂ ਉਹ ਸੈਂਸਰ ਰਾਹੀਂ ਬਾਹਰ ਨਿਕਲਦੀਆਂ। ਪਰ ਜਿਹੜੇ ਇੰਡੀਅਨ ਗਵਰਨਮੈਂਟ ਦੇ ਰੂਲਸ ਹੈ, ਜੋ ਕਿ ਭਾਰਤ ਸਟੇਜ ਦੇ ਰੂਲਸ ਹੈ, ਜਿਹਦੇ ਅਨੁਸਾਰ ਆਪਣੀਆਂ ਕੰਪਨੀਸ ਹੈ ਜੋ ਇੰਜਨ ਬਣਾਉਂਦੀਆਂ, ਉਹਦੇ ਦੇ ਉਹਨਾਂ ਦੇ ਰੂਲ ਦੇ ਅਨੁਸਾਰ ਹਰ ਕੰਪਨੀ ਦਾ ਜੋ ਵੀ 50 horsepower ਦਾ ਪਲੱਸ ਟਰੈਕਟਰ ਆਉਂਦਾ, ਉਹਦੇ 'ਚ ਈਜੀਆਰ ਜਾਂ ਟਰਬੋ ਹੋਣਾ ਜ਼ਰੂਰੀ ਹੈ। ਕਈ ਕੰਪਨੀਸ ਟਰਬੋ ਦੇ ਰਹੀਆਂ, ਪਰ ਜੋ ਟਰਬੋ ਨਹੀਂ ਦੇ ਰਹੀਆਂ ਉਹ ਈਜੀਆਰ ਸਿਸਟਮ ਦੇ ਰਹੀਆਂ ਆਪਦੇ 50 horsepower ਪਲੱਸ ਦੀ ਕੈਟਾਗਰੀ 'ਚ। ਹੁਣ ਈਜੀਆਰ ਸਿਸਟਮ ਦਾ ਸਭ ਨਾਲ ਪਹਿਲਾਂ ਯਾਨੀ ਕਿ ਕੰਮ ਇਹ ਹੁੰਦਾ ਕਿ ਇਹ ਜਿਹੜਾ ਹੈ ਪ੍ਰਦੂਸ਼ਣ ਆ ਉਹਨੂੰ ਕੰਟਰੋਲ 'ਚ ਕਰਦਾ। ਠੀਕ ਹੈ। ਜੋ ਕਿ ਪੋਲਿਊਸ਼ਨ ਆਪਣਾ ਫੈਲਦਾ ਟਰੈਕਟਰਾਂ ਦੇ ਯਾਨੀ ਕਿ ਸਲੈਂਸਰ 'ਚੋਂ ਧੂੰਆਂ ਨਿਕਲਦਾ, ਉਹਨੂੰ ਕੰਟਰੋਲ 'ਚ ਕਰਦਾ। ਠੀਕ ਹੈ। ਇਹ ਹੁਣ ਕੰਮ ਕਿਵੇਂ ਕਰਦਾ ਮੈਂ ਤੁਹਾਨੂੰ ਦੱਸ ਦਿੰਦਾ। ਵੀਰੋ, ਜਿਹੜੀਆਂ ਆਪਣੀਆਂ ਗੈਂਸਾਂ ਨਿਕਲਦੀਆਂ ਉਹਨਾਂ ਨੂੰ ਠੰਡਾ ਕਰਕੇ ਹੈੱਡ ਦੇ ਉੱਤੇ ਪੁੱਠਾ ਇਹ ਸਿੱਟਦਾ। ਈਜੀਆਰ ਸਿਸਟਮ ਦਾ ਆਹ ਕੰਮ ਹੈ। ਠੀਕ ਹੈ। ਜਿਹੜੀ ਆਪਣੇ ਹੈੱਡ 'ਚੋਂ ਜੋ ਵੀ ਗੈਂਸਾਂ ਆਉਂਦੀਆਂ ਉਹਨਾਂ ਨੂੰ ਠੰਡਾ ਕਰਕੇ ਆਪਣੇ ਹੈੱਡ ਉੱਤੇ ਸਿੱਟ ਦਿੰਦਾ, ਜਿਹਦੇ ਨਾਲ ਜੋ ਕਿ ਆਪਣੀਆਂ ਟਰੈਕਟਰ ਦੀਆਂ ਗੈਂਸਾਂ ਹੁੰਦੀਆਂ ਉਹ ਜ਼ਿਆਦਾ ਬਾਹਰ ਨਹੀਂ ਜਾਂਦੀਆਂ ਨੇ, ਕੁਛ ਹੱਦ ਤੱਕ ਉਹ ਕੰਟਰੋਲ ਹੋ ਜਾਂਦੀਆਂ, ਉਹ ਹੈੱਡ ਉੱਤੇ ਪੁੱਠੀਆਂ ਸਿੱਟ ਦਿੰਦਾ, ਜਿਹਨੂੰ ਰੀਸਰਕੂਲੇਸ਼ਨ ਆਪਾਂ ਕਹਿ ਦਿੰਦੇ ਹਾਂ। ਠੀਕ ਹੈ। ਪਰ ਇਹ ਹਰ ਟਾਈਮ ਵਰਕ ਨਹੀਂ ਕਰਦਾ, ਇਹ ਉਦੋਂ ਵਰਕ ਕਰਦਾ ਜਦੋਂ ਟਰੈਕਟਰ ਬਹੁਤ ਜ਼ਿਆਦਾ ਓਵਰਲੋਡ ਹੋ ਕੇ ਧੂੰਆਂ ਮਾਰਦਾ ਨਾ। ਟਰੈਕਟਰ ਜਦੋਂ ਆਪਣਾ ਹੈ ਨਾ ਓਵਰਲੋਡ ਹੋ ਕੇ ਜ਼ਿਆਦਾ ਧੂੰਆਂ ਮਾਰਦਾ, ਉਦੋਂ ਇਹ ਕੰਮ ਕਰਦਾ। ਇਹਦੇ ਵਿੱਚ ECU ਯੂਨਿਟ ਹੁੰਦਾ ਜੋ ਕਿ ਸੈਂਸਿੰਗ ਕਰਦਾ ਰਹਿੰਦਾ ਹੈ ਕਿ ਕਦੋਂ ਆਪਣਾ ਟਰੈਕਟਰ ਥੋੜ੍ਹਾ ਓਵਰਲੋਡ ਹੋਊਗਾ, ਕਦੋਂ ਉਹ ਜ਼ਿਆਦਾ ਧੂੰਆਂ ਮਾਰੂਗਾ, ਜਿਹਦੇ ਨਾਲ ਜ਼ਿਆਦਾ ਗੈਂਸਾਂ ਬਾਹਰ ਆਉਣਗੀਆਂ। ਉਹਨਾਂ ਸਾਰੀਆਂ ਨੂੰ ਜਦੋਂ ਹੀ ਆਪਣਾ ਟਰੈਕਟਰ ਜ਼ਿਆਦਾ ਧੂੰਆਂ ਦਿੰਦਾ ਤਾਂ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ, ਅਤੇ ਸਾਰੀ ਜਿਹੜੀ ਗੈਂਸ ਹੁੰਦੀ ਉਹਨੂੰ ਹੈੱਡ ਉੱਤੇ ਪੁੱਠਾ ਸਿੱਟ ਦਿੰਦਾ। ਇਹਦਾ ਇਹ ਕੰਮ ਹੈ। ਠੀਕ ਹੈ ਵੀਰੋ। ਤਾਂ ਇਹ ਪਹਿਲਾ ਪੁਆਇੰਟ ਆਪਣਾ ਕਲੀਅਰ ਹੋ ਗਿਆ ਨਾ। ਜਿਹੜਾ ਦੂਜਾ ਪੁਆਇੰਟ ਹੈ ਕਿ ਇਹਦੇ ਨਾਲ ਆਪਣੇ ਟਰੈਕਟਰ ਦੀ ਪਾਵਰ ਵੱਧਦੀ ਹੈ ਜਾਂ ਨਹੀਂ, ਤਾਂ ਵੀਰੋ ਦਿਮਾਗ 'ਚੋਂ ਕੱਢ ਦਿਓ ਕਿ ਈਜੀਆਰ ਸਿਸਟਮ ਨਾਲ ਆਪਣੇ ਟਰੈਕਟਰ ਜਿਹੜੀ ਪਾਵਰ ਹੈ ਉਹ ਵੱਧਦੀ ਹੈ। ਠੀਕ ਹੈ। ਇਹਦੇ ਨਾਲ ਕੋਈ ਵੀ ਆਪਣੇ ਟਰੈਕਟਰ ਦੀ ਜਿਹੜੀ ਹੈ ਪਾਵਰ ਨਹੀਂ ਵੱਧਦੀ। ਠੀਕ ਹੈ। ਹੁਣ ਕਈ ਵੀਰ ਕੀ ਉਹਨਾਂ ਨੂੰ ਟਰਬੋ ਨਾਲ ਰਿਲੇਟ ਕਰੀ ਜਾਂਦੇ ਕਿ ਬਈ ਟਰਬੋ ਜਿਵੇਂ ਟਰਬੋ ਆਪਣੇ ਟਰੈਕਟਰ ਦੀ ਹਾਰਸ ਪਾਵਰ ਵਧਾ ਦਿੰਦਾ, ਉਵੇਂ ਈਜੀਆਰ ਸਿਸਟਮ ਵੀ ਆਪਣੇ ਟਰੈਕਟਰ ਦੀ ਹਾਰਸ ਪਾਵਰ ਵਧਾ ਦਿੰਦਾ। ਨਹੀਂ ਵੀਰੋ, ਇਹ ਸਿਰਫ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਲਾ ਇੱਕ ਸਿਸਟਮ ਹੈ ਜੋ ਕਿ ਟਰੈਕਟਰ ਵਿੱਚ ਲਾਇਆ ਜਾਂਦਾ ਗਵਰਨਮੈਂਟ ਦੇ ਰੂਲ ਦੇ ਅਨੁਸਾਰ, ਰੂਲਸ ਦੇ ਅਨੁਸਾਰ। ਇਹਦੇ ਨਾਲ ਕੋਈ ਵੀ ਟਰੈਕਟਰ ਦੀ ਪਾਵਰ ਨਹੀਂ ਵੱਧਦੀ ਹੈ। ਠੀਕ ਹੈ। ਇਹ ਗੱਲ ਤੁਸੀਂ ਨੋਟ ਕਰ ਲਿਓ। ਅਤੇ ਹੁਣ ਜਿਹੜਾ ਲਾਸਟ ਪੁਆਇੰਟ ਹੈ ਜੋ ਕਿ ਸਾਰੇ ਨੇ ਦਿਮਾਗ 'ਚ ਹੋਣਾ ਕਿ ਇਹਦੇ ਨਾਲ ਡੀਜ਼ਲ ਦੀ ਜਿਹੜੀ ਖਪਤ ਉਹ ਘੱਟ ਹੁੰਦੀ ਹੈ ਵੱਧ ਹੁੰਦੀ ਹੈ, ਤਾਂ ਵੀਰੋ ਇਹਦਾ ਵੀ ਇੱਕ ਕੰਮ ਉਲਟਾ ਹੀ ਹੈ। ਇਹਦੇ ਨਾਲ ਜਿਹੜੀ ਟਰੈਕਟਰ ਦੀ ਡੀਜ਼ਲ ਦੀ ਖਪਤ ਉਹ ਵੱਧ ਜਾਂਦੀ ਹੈ। ਉਹ ਵੱਧਦੀ ਕਿਉਂ ਆ? ਤੁਸੀਂ ਦੇਖੋ, ਜੋ ਵੀ ਗੈਂਸਸ ਹੁੰਦੀਆਂ, ਠੀਕ ਹੈ, ਟਰੈਕਟਰ ਨੇ ਉਹ ਸਾਰੀਆਂ ਆਪਦੀਆਂ ਵੇਸਟੇਜ ਗੈਂਸ ਜਿਹੜੀ ਕੱਢਤੀ, ਉਹਨੂੰ ਜੇ ਆਪਾਂ ਘੁਮਾ ਕੇ ਪੁੱਠਾ ਹੀ ਹੈੱਡ ਉੱਤੇ ਸਿੱਟਾਂਗੇ, ਉਹਦੇ ਨਾਲ ਜੇ ਟਰੈਕਟਰ ਬਿਨਾਂ ਵਜ੍ਹਾ ਤੋਂ ਹੀਟ ਹੋਊਗਾ। ਠੀਕ ਹੈ। ਇੱਕ ਹੁੰਦਾ ਟਰੈਕਟਰ ਲੋਡ ਦੇ ਕੰਮ ਦੇ ਅਨੁਸਾਰ ਹੀਟ ਹੁੰਦਾ, ਇਹਦੇ ਨਾਲ ਕੀ ਹੁੰਦਾ ਟਰੈਕਟਰ ਬਿਨਾਂ ਵਜ੍ਹਾ ਤੋਂ ਹੀਟ ਹੁੰਦਾ। ਠੀਕ ਹੈ। ਜੇ ਆਪਣਾ ਟਰੈਕਟਰ ਬਿਨਾਂ ਵਜ੍ਹਾ ਤੋਂ ਹੀਟ ਹੋਊਗਾ ਤਾਂ ਉਹਦੀ ਜਿਹੜੀ ਡੀਜ਼ਲ ਦੀ ਖਪਤ ਉਹ ਵੱਧ ਜਾਣੀ ਹੈ ਆਟੋਮੈਟਿਕ। ਠੀਕ ਹੈ। ਇਹ ਚੀਜ਼ ਤੁਸੀਂ ਧਿਆਨ 'ਚ ਰੱਖ ਲਿਓ, ਜੇ ਆਪਣਾ ਟਰੈਕਟਰ ਬਿਨਾਂ ਵਜ੍ਹਾ ਤੋਂ ਹੀਟ ਹੋਊਗਾ ਉਹਦੀ ਡੀਜ਼ਲ ਦੀ ਜਿਹੜੀ ਖਪਤ ਉਹ ਵੱਧ ਜਾਣੀ ਹੈ। ਟਰੈਕਟਰ ਗਰਮ ਕਿਉਂ ਹੋਊਗਾ? ਦੇਖੋ, ਜਿਹੜੀਆਂ ਗੈਂਸਾਂ ਆਪਣੇ ਟਰੈਕਟਰ 'ਚੋਂ ਨਿਕਲ ਰਹੀਆਂ ਉਹੀ ਪੁੱਠੀਆਂ ਗਰਮ ਗੈਂਸਾਂ ਜੇ ਆਪਣੇ ਟਰੈਕਟਰ ਦੇ ਹੈੱਡ ਉੱਤੇ ਜਾਣਗੀਆਂ ਤਾਂ ਆਪਣਾ ਟਰੈਕਟਰ ਜਿਹੜਾ ਗਰਮ ਹੋਊਗਾ ਹੀ ਹੋਊਗਾ। ਠੀਕ ਹੈ ਵੀਰੋ। ਆਹ ਸੀ ਈਜੀਆਰ ਸਿਸਟਮ।
ਇਹਦਾ ਸਿਰਫ ਇੱਕ ਹੀ ਫਾਇਦਾ ਕਿ ਪੋਲਿਊਸ਼ਨ ਨਹੀਂ ਹੁੰਦਾ, ਠੀਕ ਹੈ, ਜੋ ਕਿ ਟਰਬੋ, ਜਿਵੇਂ ਟਰਬੋ ਦਾ ਕੰਮ ਹੁੰਦਾ ਪੋਲਿਊਸ਼ਨ ਨਹੀਂ ਕਰਨਾ, ਪਰ ਟਰਬੋ ਡੀਜ਼ਲ ਵੀ ਬਚਾਉਂਦਾ, ਠੀਕ ਹੈ, ਟਰਬੋ ਨਾਲ ਟਰੈਕਟਰ ਦੀ ਪਾਵਰ ਵੀ ਵੱਧਦੀ ਹੈ, ਪਰ ਇਹਦੇ ਨਾਲ ਇਹੋ ਜਿਹਾ ਕੁਛ ਨਹੀਂ ਹੁੰਦਾ, ਇਕੱਲਾ ਇਹ ਪੋਲਿਊਸ਼ਨ ਨੂੰ ਕੰਟਰੋਲ ਕਰਦਾ, ਠੀਕ ਹੈ। ਤਾਂ ਵੀਰੋ ਆਹੀ ਸੀ ਅੱਜ ਦੀ ਵੀਡੀਓ, ਆਈ ਹੋਪ ਜਿਹੜੀ ਤੁਹਾਨੂੰ ਮੇਰੀ ਵੀਡੀਓ ਉਹ ਪਸੰਦ ਆਈ ਹੋਣੀ ਹੈ। ਵੀਡੀਓ ਪਸੰਦ ਆਈ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ, ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ, ਤਾਂ ਕਿ ਇਹੋ ਜਿਹੀ ਵੀਡੀਓ ਦਾ ਅਪਡੇਟ ਮਿਲੇ ਤੁਹਾਨੂੰ ਸਭ ਨਾਲ ਪਹਿਲਾਂ।